ਖਹਿਰਾ ਸਾਹਿਬ ਨੇ ਖੁਦ ਹੀ ਕਹਿਤਾ ਕਿ ਮੈਂ ਜਿਹੜਾ ਹੈਗਾ ਕੋਈ ਵੀ ਰੈਫਰੈਂਡਮ ਨੂੰ ਮੈਂ ਸਪੋਰਟ ਨਹੀਂ ਕਰਦਾ, ਮੇਰੇ ਖਿਆਲ ਮੈਟਰ ਸਾਰਾ ਖਤਮ ਹੋ ਜਾਂਦਾ ਉਹਦੇ ਨਾਲ। ਮੈਂ ਤਾਂ ਸਿਰਫ ਜਿਹੜੀ ਗੱਲ ਤੁਸੀਂ ਕਹੀ ਹੈ ਵੀ ਉਹਨਾਂ ਨੇ ਕਿਹਾ ਵੀ ਮੇਰੇ ਨਾਲ ਗੱਲ ਕਰਨੀ ਚਾਹੀਦੀ ਸੀ, ਉਹਨਾਂ ਨੇ ਨਹੀਂ ਕੀਤੀ। ਮੈਂ ਸਿਰਫ ਉਹਨੇ ਕੁ ਦਾ ਲਿਮਿਟਡ ਜਿਹਾ ਜਵਾਬ ਦਿੱਤਾ ਸੀ ਕਿ ਮੈਂ ਕੋਸ਼ਿਸ਼ ਕੀਤੀ ਸੀ, ਮੈਂ ਫੋਨ ਕੀਤਾ ਉਹਨਾਂ ਨੂੰ 4-5 ਵਾਰੀ ਅਤੇ ਉਹਨਾਂ ਦੇ PA ਨੇ ਚੱਕਿਆ, ਉਹਨਾਂ ਨੇ ਕਿਹਾ ਵੀ ਖਹਿਰਾ ਸਾਹਿਬ ਇਸ ਵੇਲੇ ਗੱਲ ਨਹੀਂ ਕਰ ਸਕਦੇ, ਬਾਅਦ 'ਚ ਤੁਹਾਨੂੰ ਕਾਲ ਬੈਕ ਕਰਨਗੇ। ਉਹਨਾਂ ਨੇ ਕਾਲ ਬੈਕ ਨਹੀਂ ਕੀਤਾ, ਮੈਂ ਤਾਂ ਇੰਨੀ ਗੱਲ ਨਹੀਂ ਕਹੀ ਆ। ਮੇਰੇ ਖਿਆਲ ਮੈਟਰ ਹੁਣ ਖਤਮ ਹੋ ਜਾਂਦਾ, ਇਸ ਤੋਂ ਬਾਅਦ ਕੋਈ ਮੈਟਰ ਮਤਲਬ ਹੈ ਨਹੀਂ ਰਿਹਾ, ਜਦੋਂ ਉਹਨੇ ਆਪ ਹੀ ਕਹਿਤਾ ਕਿ ਮੈਂ ਬਿਲਕੁਲ ਸਪੋਰਟ ਨਹੀਂ ਕਰਦਾ। ਤੁਹਾਨੂੰ ਇਹਦਾ ਜਵਾਬ ਤਾਂ PA ਦੇ ਸਕਦਾ, ਮੈਂ ਤਾਂ ਸਿਰਫ ਆਪਣਾ, ਮੇਰੇ ਕੋਲ ਤਾਂ ਉਹਦਾ ਕਾਲ ਰਿਕਾਰਡ ਹੈ ਜੀ, ਮਤਲਬ ਮੈਂ ਜਿਹੜੀ ਗੱਲ ਕਹਿ ਰਿਹਾ ਫੈਕਚੁਅਲੀ ਕਰੈਕਟ ਕਰ ਰਿਹਾ, ਮਤਲਬ ਜਿਹੜੇ ਇੱਕ ਜਿਹੜੀ ਇੱਕ ਸੱਚਾਈ ਹੈ, ਮੈਂ ਤਾਂ ਸਿਰਫ ਉਨੀ ਕੀ ਗੱਲ ਬੜੀ ਲਿਮਿਟਡ ਜੀ ਗੱਲ ਕਹੀ ਹੈ, ਅਤੇ ਬਾਕੀ ਉਹ ਸਾਰਾ ਮੈਟਰ ਤਾਂ ਮਤਲਬ ਜਿਹੜਾ ਖਤਮ ਹੋ ਗਿਆ ਸੀ। ਮੈਨੂੰ ਨਹੀਂ ਲੱਗਦਾ ਵੀ ਚਲੋ ਜੋ ਉਹਨਾਂ ਦੀ ਇੱਛਾ ਜੀ, ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਜਿਹੜੇ ਮੁੱਦੇ ਨੂੰ ਲੱਗ ਕੇ, ਉਹ ਤਾਂ ਤੁਸੀਂ ਦੇਖੋ ਜਿਸ ਤਰ੍ਹਾਂ ਤੁਹਾਡਾ ਮੀਡੀਆ ਹੈਗਾ, ਪਤਾ ਨਹੀਂ ਦੁਨੀਆ 'ਚ ਕਿਹੜੇ ਕੋਨੇ 'ਚ ਬੈਠਾ ਬੰਦਾ ਦੇਖ ਰਿਹਾ, ਉਹ ਸਾਰੀ ਇਨਫੋਰਮੇਸ਼ਨ ਤਾਂ ਮਤਲਬ ਉਹਨਾਂ ਕੋਲ ਡਿਫਰੈਂਟ ਸੋਰਸਿਸ ਤੋਂ ਸਾਰੇ ਪਾਸੇ ਪਹੁੰਚ ਰਹੀ ਹੈ, ਇਲੈਕਟ੍ਰੋਨਿਕ ਮੀਡੀਆ ਅਤੇ ਨਿਊਜ਼ ਪੇਪਰਸ ਐਂਡ ਆਲ ਦੇ ਸਾਰੇ ਤੋਂ ਪਹੁੰਚ ਰਹੀ ਸੀ। ਔਰ ਥੋੜ੍ਹਾ ਜਿਹਾ ਤੁਹਾਨੂੰ ਪਤਾ ਦਿੱਲੀ ਦੇ ਵਿੱਚ ਜਿਹੜੀ ਹੈਗੀ ਆ ਉਹ ਇੱਕ ਕੋਆਪਰੇਟਿਵ ਫੈਡਰਲਿਜ਼ਮ ਨੂੰ ਲੈ ਕੇ ਬਹੁਤ ਵੱਡੀ ਲੜਾਈ, ਜਿਹੜੀ ਇਤਿਹਾਸਿਕ ਲੜਾਈ ਹੈ, ਜਿਹੜੀ ਦਿੱਲੀ ਨੂੰ ਪੂਰਾ ਸੰਪੂਰਨ ਰਾਜ ਦਾ ਦਰਜਾ ਦੇਣ ਲਈ ਸਾਡੀ ਸਮੂਹ ਲੀਡਰਸ਼ਿਪ ਸਾਰੀ ਉੱਧਰ ਲੱਗੀ ਹੋਈ ਆ। ਔਰ ਉਹਦੇ 'ਚ ਬੜੀ ਅੱਛੀ ਗੱਲ ਹੈ ਕਿ ਜਿਹੜਾ ਉਹਦੇ ਵਾਸਤੇ ਜਿਹੜੀਆਂ ਤੁਹਾਡੇ ਜਿਹੜੇ ਜਿੰਨੇ ਵੀ ਇੰਡੀਪੈਂਡੈਂਟ ਆਜ਼ਾਦ ਜਿਹੜੇ ਮੁੱਖ ਮੰਤਰੀ ਆ, ਉਹਨਾਂ ਨੇ ਵੀ ਸਪੋਰਟ ਕੀਤਾ, ਲੈਫਟ ਪਾਰਟੀਆਂ ਨੇ, ਈਵਨ ਸ਼ਿਵ ਸੈਨਾ ਨੇ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਉਸ ਚੀਜ਼ ਦੀ ਜਿਹੜੀ ਹਮਾਇਤ ਕੀਤੀ ਆ, ਅਕਰੋਸ ਦਾ ਰੋਡ ਜਿਹੜੀ ਬੋਰਡ ਉਹਨਾਂ ਨੂੰ ਸਪੋਰਟ ਮਿਲ ਰਹੀ ਆ, ਸਿਰਫ BJP ਅਤੇ ਕਾਂਗਰਸ ਨੂੰ ਛੱਡ ਕੇ ਜਾਂ ਅਕਾਲੀ ਦਲ ਨੂੰ, ਅਤੇ ਉਹ ਇੱਕ ਬਹੁਤ ਅੱਛੀ ਡਿਵੈਲਪਮੈਂਟ ਹੈ। ਮੈਨੂੰ ਲੱਗਦਾ ਵੀ ਇਸ ਵੇਲੇ ਜਿਹੜਾ ਹਰ ਇੱਕ ਵੀ ਜਿਹੜਾ ਵੀ ਇੱਕ ਦੇਸ਼ ਭਗਤ ਬੰਦਾ ਹੈਗਾ, ਉਹਨੂੰ ਉੱਠ ਕੇ ਸੰਵਿਧਾਨ ਦੇ ਅੰਦਰ ਜਿਹੜਾ ਹੈਗਾ ਉਹ ਰਾਜਾਂ ਕੋਲ ਵੱਧ ਅਧਿਕਾਰ ਹੋਣ, ਉਹਨਾਂ ਕੋਲ ਵੱਧ ਅਖਤਿਆਰ ਹੋਣ, ਇਹ ਜਿਹੜਾ ਕੋਆਪਰੇਟਿਵ ਫੈਡਰਲਿਜ਼ਮ ਹੋਵੇ ਜਿਹੜਾ ਇੰਟਰਵਿਊ ਵਰਡ ਇੰਟਰਵਿਊ ਸੈਂਸ, ਅਤੇ ਉਹਦੇ ਵਾਸਤੇ ਇਸ ਵੇਲੇ ਜਿਹੜੀ ਲੜਾਈ ਚੱਲ ਰਹੀ ਹੈ ਉਹਦੇ ਵਿੱਚ ਆਪਾਂ ਨੂੰ ਸਾਰਿਆਂ ਨੂੰ ਯੋਗਦਾਨ ਪਾਉਣਾ ਚਾਹੀਦਾ। ਅਸੀਂ ਕੱਲ੍ਹ ਜਾ ਕੇ ਵੀ ਆਏ ਹਾਂ ਸਾਰੇ ਲੋਕ ਅਸੀਂ, ਅਤੇ ਬਾਕੀ ਸਾਡੀ ਕੋਲ ਅਸੀਂ ਆਪਸ ਇੱਕ ਦੂਜੇ ਨਾਲ ਲੜਨ ਲਈ ਥੋੜ੍ਹੀ ਆਏ ਹਾਂ, ਅਸੀਂ ਤਾਂ ਮਾਫੀਆ ਨਾਲ ਲੜਨ ਆਏ ਹਾਂ ਜੀ, ਅਸੀਂ ਭ੍ਰਿਸ਼ਟਾਚਾਰ ਦੇ ਖਿਲਾਫ ਲੜਨ ਆਏ ਹਾਂ, ਅਤੇ ਉਹ ਜਿਹੜੀ ਸਾਡੀ ਲੜਾਈ ਹੈ ਉਹ ਬਾਅਦ ਦਸਤੂਰ ਜਾਰੀ ਰਹੂਗੀ। ਔਰ ਅਸੀਂ ਆਪਣਾ ਜਿਹੜਾ ਪਾਰਟੀ ਨੇ ਜਿਹੜਾ ਆਪਣਾ ਇੱਕ ਪ੍ਰੋਗਰਾਮ ਬਣਾ ਕੇ ਅਸੀਂ ਜ਼ੋਨ ਵਾਈਜ਼ ਮੀਟਿੰਗਸ, ਜਿੰਨੇ ਸਾਡੇ ਅਹੁਦੇਦਾਰ ਆ ਉਹਨਾਂ ਨੂੰ ਕੰਮ ਦੇ ਕੇ, ਪੰਚਾਇਤ ਦੀਆਂ ਇਲੈਕਸ਼ਨਸ ਦੀ ਤਿਆਰੀ, ਜਿਹੜੇ ਲੋਕਾਂ ਦੇ ਮੁੱਦੇ ਆ, ਪਟਿਆਲੇ ਦੇ ਵਿੱਚ ਮਰਡਰ ਹੋ ਗਿਆ ਜੀ, ਮਤਲਬ ਪੈਟਰੋਲ ਪੰਪ ਦੇ ਉੱਤੇ ਉਹਨਾਂ ਨੇ ਬੰਦੇ ਨੂੰ ਗੋਲੀ ਮਾਰਤੀ, ਇੱਕ ਮੌਕੇ 'ਤੇ ਸ਼ਹੀਦ ਹੋ ਗਿਆ, ਔਰ ਦੂਜਾ ਜਿਹੜਾ ਹਸਪਤਾਲ ਜਾ ਕੇ ਉਹਨੂੰ ਮੈਡੀਕਲ ਏਡ ਵੀ ਨਹੀਂ ਮਿਲੀ, ਐਂਬੂਲੈਂਸ ਨਹੀਂ ਆਈ, ਗੋਲੀ ਮਾਰ ਕੇ ਚਲੇ ਗਏ, CCTV ਫੁਟੇਜ ਹੈ। ਇਹ ਮੁੱਖ ਮੰਤਰੀ ਸਾਹਿਬ ਦੇ ਆਪਣੇ ਸ਼ਹਿਰ ਦੇ ਵਿੱਚ ਸਾਰਾ ਕੁਝ ਹੋ ਰਿਹਾ, ਇਹ ਬਹੁਤ ਚਿੰਤਾ ਦਾ ਵਿਸ਼ਾ ਹੈ। ਮੁੱਖ ਮੰਤਰੀ ਨੂੰ ਆਪ ਨੂੰ ਜਿਹੜੀਆਂ ਜੇਲ੍ਹਾਂ ਦੇ ਵਿੱਚੋਂ ਧਮਕੀਆਂ ਆ ਰਹੀਆਂ।